प्यारे बच्चों वाहेगुरु जी का खालसा वाहेगुरु जी की फतेह पिछली क्लास ਵਿੱਚ ਆਪਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਜੀਵਨ ਬਾਰੇ ਗੱਲਾਂ ਸਿੱਖੀਆਂ ਸੀ ਅੱਜ ਅਸੀਂ ਨਿੱਕੀਆਂ ਜਿੰਦਾ ਵੱਡੇ ਸਾਕੇ ਭਾ ਪਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਜੀਵਨ ਵੱਲ ਦੇਖਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਦਿਨ-ਪ੍ਰਤੀ ਦਿਨ ਬਲਵਾਨ ਹੋਣ ਲੱਗੇ ਤੇ ਉਹ ਅਨੰਦਪੁਰ ਦੇ ਪਹਾੜੀ ਰਾਜਿਆਂ ਨੂੰ ਟੱਕਰ ਦੇਣ ਲੱਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨੀਵੀਆਂ ਜਾਤਾਂ ਵਾਲੇ ਵੀ ਉੱਚੀਆਂ ਜਾਤਾਂ ਦੇ ਬਰਾਬਰ ਪਹੁੰਚ ਗਏ ਤੇ ਪਹਾੜੀ ਰਾਜੇ ਸਿੱਖਾਂ ਦੇ ਦੁਸ਼ਮਣ ਬਣ ਗਏ ਤਾਂ ਉਹਨਾਂ ਨੇ ਕੀ ਕੀਤਾ ਕਿ ਮਿਲ ਕੇ ਦਿੱਲੀ ਦੇ ਤਖਤ ਤੇ ਬੈਠੇ ਔਰੰਗਜ਼ੇਬ ਨਾਲ ਸਿੱਖੀ ਦੀ ਵਧ ਰਹੀ ਵੇਲ ਨੂੰ ਪੋਟਨ ਲਈ ਤਿਆਰ ਹੋ ਗਏ ਦਿੱਲੀ ਪੰਜਾਬ ਤੇ ਜੰਮੂ ਦੇ ਪਹਾੜੀ ਰਾਜੇ ਸਿੱਖ ਫੌਜਾਂ ਦੇ ਨਾਲ ਟੱਕਰ ਲੈਣ ਲੱਗੇ ਤੇ ਉਹਨਾਂ ਨੇ ਆਨੰਦਪੁਰ ਦੇ ਕਿਲੇ ਨੂੰ ਸਾਰੇ ਪਾਸੋਂ ਘੇਰ ਲਿਆ 7 ਮਹੀਨੇ ਇਹ ਘੇਰਾ ਪਾਈ ਰੱਖਿਆ ਤੇ ਕਿਲੇ ਨੂੰ ਖਾਣ ਤੇ ਪੀਣ ਦੇ ਸਾਰੇ ਰਸਤੇ ਬੰਦ ਕਰਤੇ ਦਰਖਤਾਂ ਦੇ ਪੱਤੇ ਖਾ ਖਾ ਕੇ ਸਿੱਖ ਪੇਟ ਭਰਦੇ ਰਹੇ ਇਧਰ ਕਿਲੇ ਵਿੱਚ ਗੁਰੂ ਜੀ ਦੇ ਸਿੱਖ ਭੁਖ ਤੇ ਕਸ਼ਟ ਚੱਲ ਰਹੇ ਸੀ ਤੇ ਉਧਰ ਦੁਸ਼ਮਣ ਇੰਨੇ ਲੰਮੇ ਸਮੇਂ ਤੱਕ ਫਤਿਹਨਾ ਕਰਪਾਨ ਕਰਕੇ ਪਰੇਸ਼ਾਨ ਸੀ ਅੰਤ ਵਿੱਚ ਪਹਾੜੀ ਰਾਜਿਆਂ ਨੇ ਕੀ ਕੀਤਾ ਝੂਠੀਆਂ ਸੋਹਾਂ ਖਾ ਕੇ ਗੁਰੂ ਜੀ ਨੂੰ ਕਹਿ ਦਿੱਤਾ ਕਿ ਤੁਸੀਂ ਚਲੇ ਜਾਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਅਸੀਂ ਵੀ ਘਰ ਤੋਂ ਚਲੇ ਜਾਵਾਂਗੇ ਗੁਰਗੋਬਿੰਦ ਸਿੰਘ ਜੀ ਨੇ ਇਹ ਗੱਲ ਮੰਨ ਲਈ ਤੇ 20 ਤੇ 21 ਦਸੰਬਰ ਸਨ 1704 ਦੀ ਰਾਤ ਨੂੰ ਪਰਿਵਾਰ ਤੇ ਸਿੱਖਾਂ ਦੇ ਨਾਲ ਕੇਲੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਸਾਹਿਬ ਨੂੰ ਚਲੇ ਗਏ ਜਦੋਂ ਉਹ ਸਰਸਾ ਨਦੀ ਦੇ ਕੰਢੇ ਪਹੁੰਚੇ ਤਾਂ ਦੁਸ਼ਮਣਾਂ ਨੇ ਫੇਰ ਹਮਲਾ ਕਰ ਦਿੱਤਾ ਤੇ ਸੌਹਾਂ ਦੀ ਪਰਵਾਹ ਨਹੀਂ ਕੀਤੀ ਹਮਲਾ ਕਰ ਰਹੇ ਦੁਸ਼ਮਣਾਂ ਨਾਲ ਬਾਬਾ ਅਜੀਤ ਸਿੰਘ ਜੀ ਨੇ ਜ਼ੋਰ ਦੀ ਟੱਕਰ ਦਿੱਤੀ ਤੇ ਉਹਨਾਂ ਨੂੰ ਰੋਕੀ ਰੱਖਿਆ ਤੇ ਪਿੱਛੋਂ ਪਰਿਵਾਰ ਸਰਸਾ ਨਦੀ ਪਾਰ ਕਰਨ ਲੱਗਾ ਨਦੀ ਵਿੱਚ ਤਾਂ ਹੜ ਆਇਆ ਹੋਇਆ ਸੀ ਇਸ ਲਈ ਕਈ ਸਿੰਘਾਂ ਨੇ ਆਪਣੀ ਜਾਨ ਵੀ ਦੇ ਦਿੱਤੀ ਕਈ ਸ਼ਹੀਦ ਹੋ ਗਏ ਕਈ ਲੜਦੇ-ਲੜਦੇ ਸ਼ਹੀਦ ਹੋ ਗਏ ਤੇ ਰਾਤ ਦੇ ਹਨੇਰੇ ਵਿੱਚ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਦੋ ਵੱਡੇ ਸਾਹਿਬਜ਼ਾਦੇ ਪਿਤਾ ਗੁਰਗੋਬਿੰਦ ਸਿੰਘ ਜੀ ਨਾਲ ਕੁਝ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ ਚਲੇ ਗਏ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਨਾਲ ਸਰਸਾ ਨਦੀ ਤੋਂ ਪਾਰ ਦੂਜੇ ਪਾਸੇ ਨਿਕਲ ਗਏ ਕਿੱਥੇ ਗਏ ਉਹ ਖੇੜੀ ਠੀਕ ਹੈ ਕੌਣ ਸੀ ਖੇੜੀ ਗੰਗੂ ਬ੍ਰਾਹਮਣ ਜੋ ਕਿ ਗੁਰਗੋਬਿੰਦ ਸਿੰਘ ਜੀ ਦਾ 20 ਤੋਂ 22 ਸਾਲ ਘਰੇਲੂ ਨੌਕਰ ਰਹਿ ਚੁੱਕਾ ਸੀ ਉਸ ਕੋਲ ਚਲੇ ਗਏ ਗੰਗੂ ਦੀ ਜਦੋਂ ਨੀਅਤ ਖਰਾਬ ਹੋਈ ਤਾਂ ਉਸ ਨੇ ਰਾਤ ਨੂੰ ਮਾਤਾ ਜੀ ਨੂੰ ਸੁੱਤੇ ਪਏ ਦੇਖ ਕੇ ਮੋਹਰਾ ਦੀ ਥੈਲੀ ਚੁਰਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਤਾ ਜੀ ਨੂੰ ਪਤਾ ਲੱਗ ਗਿਆ ਮਾਤਾ ਜੀ ਨੇ ਗੰਗੂ ਨੂੰ ਸ਼ਾਂਤ ਕਰਾਉਣ ਦਾ ਉਪਰਾਲਾ ਕੀਤਾ ਤੇ ਗੰਗੂ ਨੇ ਡਰਾਮਾ ਕੀਤਾ ਉਸਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੇਰੇ پاس ਹਨ ਤਾਂ ਥਾਣੀ ਥਾਣੇਦਾਰ ਨੇ ਸਿਪਾਈਆਂ ਨੂੰ ਭੇਜ ਕੇ ਮਾਤਾ ਜੀ ਤੇ ਦੋ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਨਵਾਬ ਵਜ਼ੀਰ ਖਾਨ ਕੋਲ ਪਹੁੰਚਾ ਦਿੱਤਾ ਨਵਾਬ ਵਜ਼ੀਰ ਖਾਨ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉਸਨੇ ਠੰਡੇ ਬੁਰਜ ਵਿੱਚ ਮਾਤਾ ਜੀ ਤੇ ਬੱਚਿਆਂ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਦਸੰਬਰ ਦੀ ਠੰਡ ਵਿੱਚ ਠੰਡੇ ਠੰਡੇ ਫਰਸ਼ ਤੇ ਬੈਠੀ ਮਾਤਾ ਜੀ ਆਪਣੇ ਨਿੱਕੇ ਨਿੱਕੇ ਪੋਤਿਆਂ ਨੂੰ ਸਰੀਰ ਨਾਲ ਕੁੱਟ ਕੇ ਗਰਮਾਉਂਦੀ ਰਹੀ ਤੇ ਸੌਣ ਦੇ ਯਤਨ ਕਰਦੀ ਰਹੀ ਤੇ ਅੰਮ੍ਰਿਤ ਵੇਲੇ ਉਹਨਾਂ ਨੂੰ ਕਚੈਰੀ ਪਾਸ ਭੇਜ ਦਿੱਤਾ ਜਦੋਂ ਕਚੈਰੀ ਵੱਲ ਨੂੰ ਭੇਜਣ ਲੱਗੇ ਤਾਂ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਪਤਾ ਜੇ ਤੁਸੀਂ ਉਸ ਗੁਰਗੋਬਿੰਦ ਸਿੰਘ ਸ਼ੇਰ ਦੇ ਬੱਚੇ ਹੋ ਜਿਸ ਨੇ ਜ਼ਾਲਿਮਾਂ ਤੋਂ ਕਦੇ ਈ ਨਹੀਂ ਮੰਨੀ ਧਰਮ ਦੀ ਆਨ ਤੇ ਸ਼ਾਨ ਬਦਲੇ ਆਪਣਾ ਸਭ ਕੁਝ ਦਾਅ ਤੇ ਲਗਾ ਦਿੱਤਾ ਤੇ ਆਪਣੇ ਪਿਤਾ ਵੀ ਸ਼ਹੀਦ ਕਰਵਾਉਣਾ ਮੰਨ ਲਿਆ ਦੇਖਿਓ ਕਿਤੇ ਵਜ਼ੀਰ ਖਾਨ ਦੇ ਦਿੱਤੇ ਲਾਲਚ ਤੇ ਡਰਾਵੇ ਕਾਰਨ ਧਰਮ ਵੱਲੋਂ ਕਮਜ਼ੋਰੀ ਨਾ ਦਿਖਾਵੈਣਾ ਆਪਣੇ ਪਿਤਾ ਦੀ ਸ਼ਾਨ ਨੂੰ ਜਾਨਵਾਰ ਕੀ ਵੀ ਕਾਇਮ ਰੱਖਣਾ ਦਾਦੀ ਪੋਤਿਆਂ ਨੂੰ ਇਹ ਸਮਝਾ ਰਹੀ ਸੀ ਤੇ ਨਾਲ ਹੀ ਸਿਪਾਹੀ ਉਹਨਾਂ ਨੂੰ ਲੈ ਕੇ ਚਲੇ ਗਏ ਕਚਹਿਰੀ ਵਿੱਚ ਬਹੁਤ ਵੱਡੇ ਵੱਡੇ ਦਰਬਾਰੀ ਬੈਠੇ ਸੀ ਤਾਂ ਬਾਬਾ ਜ਼ਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਦਰਬਾਰ ਵਿੱਚ ਜਾ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੀ ਦਲੇਰੀ ਵੇਖ ਕੇ ਨਵਾਬ ਹੈਰਾਨ ਹੋ ਗਿਆ ਤੇ ਸੁਚਾਨੰਦ ਕਹਿਣ ਲੱਗਾ ਓਏ ਬੱਚਿਓ ਨਵਾਬ ਸਾਹਿਬ ਨੂੰ ਝੁੱਕ ਕੇ ਸਲਾਮ ਕਰੋ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਅਸੀਂ ਗੁਰੂ ਤੇ ਰੱਬ ਤੋਂ ਇਲਾਵਾ ਕਿਸੇ ਅੱਗੇ ਵੀ ਸੀਸ ਨਹੀਂ ਲਵਾਉਂਦੇ ਇਹੀ ਸਿੱਖਿਆ ਸਾਨੂੰ ਗੁਰੂ ਜੀ ਨੇ ਦਿੱਤੀ ਹੈ ਨਵਾਬ ਵਜ਼ੀਰ ਖਾਂ ਕਹਿਣ ਲੱਗਾ ਉਏ ਤੁਹਾਡੇ ਪਿਤਾ ਤੇ ਦੋਵੇਂ ਭਰਾਵਾਂ ਨੂੰ ਸ਼ਹੀਦ ਕਰ ਦਿੱਤਾ ਹੈ ਤੁਸੀਂ ਇਸਲਾਮ ਕਬੂਲ ਕਰ ਲੋ ਤਾਂ ਉਸਨੇ ਇਸਲਾਮ ਵਿੱਚ ਲਿਆਉਣ ਲਈ ਬੜੇ ਲਾਲਚ ਤੇ ਡਰਾਵੇ ਦਿੱਤੇ ਪਰ ਛੋਟੇ ਸਾਹਿਬਜ਼ਾਦੇ ਕਿਸੇ ਵੀ ਲਾਲਚ ਤੇ ਡਰਾਵੇ ਤੋਂ ਡਰੇ ਨਹੀਂ ਤੇ ਵਜ਼ੀਰ ਖਾਨ ਨੂੰ ਕਹਿਣ ਲੱਗੇ ਕੋਈ ਸੂਬਿਆ ਸਾਨੂੰ ਸਿੱਖੀ ਜਾਨ ਤੋਂ ਵੱਧ ਪਿਆਰੀ ਹੈ ਦੁਨੀਆ ਦਾ ਕੋਈ ਵੀ ਲਾਲਚ ਸਾਨੂੰ ਸਿੱਖੀ ਸਿਦਕ ਤੋਂ ਡੁਲਾ ਨਹੀਂ ਸਕਦਾ ਅਸੀਂ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਸ਼ੇਰ ਬੱਚੇ ਹਾਂ ਸਾਡੇ ਦਾਦਾ ਜੀ ਨੇ ਵੀ ਤਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਪਰ ਧਰਮ ਨਹੀਂ ਹਾਰਿਆ ਅਸੀਂ ਉਸ ਦਾਦੇ ਦੇ ਪੋਤੇ ਸੀ ਉਹਨਾਂ ਦੀ ਸ਼ਾਨ ਜਿਉਂਦੇ ਜੀ ਨੀਵੀਂ ਹੁੰਦੀ ਨਹੀਂ ਵੇਖ ਸਕਦੇ ਤਾਂ 8 ਸਾਲਾਂ ਦੇ ਜੁਰਾਵਰ ਸਿੰਘ ਤੇ 6 ਸਾਲਾਂ ਦੇ ਫਤੇ ਸਿੰਘ ਦੇ ਮੂੰਹੋਂ ਬਹਾਦਰਾਂ ਵਾਲੇ ਇਹ ਬਚਨ ਸੁਣ ਕੇ ਸਾਰੇ ਦਰਬਾਰ ਵਿੱਚ ਚੁੱਪੀ ਵਰਤ ਗਈ ਤਾਂ ਅੰਤ ਵਿੱਚ ਚੁੱਪੀ ਨੂੰ ਤੋੜਨ ਲਈ ਸੁਚਾਨੰਦ ਫੇਰ ਬੋਲਿਆ ਇਹ ਇੰਨੀ ਛੋਟੀ ਉਮਰ ਵਿੱਚ ਇਹ ਰਾਜ ਦਰਬਾਰ ਵਿੱਚ ਇੰਨੀ ਅੱਗ ਉਗਲ ਸਕਦੇ ਨੇ ਤਾਂ ਵੱਡੇ ਹੋ ਕੇ ਤਾਂ ਹਕੂਮਤ ਲਈ ਭਾਂਬੜ ਬਾਲ ਦੇਣਗੇ ਇਹਨਾਂ ਨੂੰ ਹੁਣੇ ਮੁਕਾ ਦਿਓ ਤਾਂ ਬੱਚਿਆਂ ਦੀ ਦਲੇਰੀ ਦੇਖ ਕੇ ਸਾਰੇ ਹੀ 당 ਰਹਿ ਗਏ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਬੱਚਿਆਂ ਨੂੰ ਸਹੀ ਸਲਾਮਤ ਸਿੱਖੀ ਸਰੂਪ ਵਿੱਚ ਦੇਖ ਕੇ ਮਾਤਾ ਗੁਜਰੀ ਜੀ ਬਹੁਤ ਖੁਸ਼ ਹੋਏ ਅਕਾਲ ਪੁਰਖ ਦਾ ਸ਼ੁਕਰ ਕੀਤਾ ਹੁਣ ਮਾਤਾ ਗੁਜਰੀ ਜੀ ਪੋਤਿਆਂ ਨੂੰ ਹੌਲੀ-ਹੌਲੀ ਕਚੈਰੀ ਵਿੱਚ ਹੋਈ ਸਾਰੀ ਗੱਲਬਾਤ ਪੁੱਛਣ ਲਈ ਉਹਨਾਂ ਨੂੰ ਕਹਿਣ ਲੱਗੇ ਤਾਂ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਤਾਂ ਦਾਦੀ ਜੀ ਨੇ ਕਿਹਾ ਸ਼ਾਬਾਸ਼ ਬੱਚਿਓ ਅੱਜ ਤੁਸੀਂ ਆਪਣੇ ਪਿਤਾ ਤੇ ਦਾਦਾ ਜੀ ਦੀ ਸ਼ਾਨ ਨੂੰ ਕਾਇਮ ਰੱਖਿਆ ਹੈ ਕੱਲ ਫੇਰ ਤੁਸੀਂ ਕਚੈਰੀ ਵਿੱਚ ਅੱਜ ਤੋਂ ਵੀ ਵਧੇਰੇ ਲਾਲਚ ਤੇ ਡਰਾਵੇ ਤੁਹਾਨੂੰ ਦਿੱਤੇ ਜਾਣਗੇ ਪਰ ਤੁਸੀਂ ਡੋਲਣਾ ਨਹੀਂ ਤਾਂ ਅਗਲੇ ਦਿਨ ਪਹਿਲਾਂ ਵਾਂਗ ਹੀ ਸਭ ਕੁਝ ਹੋਇਆ ਹੋਰ ਵੀ ਵਧੇਰੇ ਲਾਲਚ ਦਿੱਤੇ ਗਏ ਡਰਾਇਆ ਧਮਕਾਇਆ ਗਿਆ ਪਰ ਬੱਚੇ ਤਰਮ ਤੋਂ ਡੋਲੇ ਨਹੀਂ ਤੀਜੇ ਦਿਨ ਵੀ ਕਚਹਿਰੀ ਵੱਲ ਭੇਜਣ ਲੱਗਿਆ ਦਾਦੀ ਮਾ ਦੀਆਂ ਅੱਖਾਂ ਅੱਗੇ ਹੋਣ ਵਾਲੇ ਸਾਕੇ ਦੀ ਤਸਵੀਰ ਬਣ ਗਈ ਤਾਂ ਦਾਦੀ ਮਾ ਨੂੰ ਨਿਸ਼ਚਾ ਹੋ ਗਿਆ ਕਿ ਅੱਜ ਦਾ ਵਿਛੋੜਾ ਬੱਚਿਆਂ ਤੋਂ ਸਦਾ ਲਈ ਵਿਛੋੜਾ ਬਣ ਜਾਏਗਾ ਪਰ ਤਸੱਲੀ ਸੀ ਮਾਤਾ ਗੁਜਰੀ ਜੀ ਨੂੰ ਕਿ ਮੇਰੇ ਮਾਸੂਮ ਪੋਤੇ ਅੱਜ ਜਾਨਵਾਰ ਕੇ ਵੀ ਆਪਣੇ ਧਰਮ ਦੀ ਰਾਖੀ ਕਰਨਗੇ ਮਾਸੂਮ ਬੱਚਿਆਂ ਨੂੰ ਰੱਜ ਕੇ ਘੁੱਟਿਆ ਤੇ ਥਪਥਪਾਇਆ ਤੇ ਸ਼ਾਬਾਸ਼ੀ ਦਿੱਤੀ ਦਾਦੀ ਮਾ ਨੇ ਆਪਣੇ ਪੋਤਿਆਂ ਨੂੰ ਤਿਆਰ ਕੀਤਾ ਤੇ ਤੋਰ ਦਿੱਤਾ ਤੇ ਵੈਗਰੂ ਅੱਗੇ ਅਰਦਾਸ ਕੀਤੀ हे ਅਕਾਲਪੁਰਖ ਬੱਚਿਆਂ ਦੇ ਸਿੱਖੀ ਸਿਦਕ ਨੂੰ ਕਾਇਮ ਰੱਖਣ ਵਿੱਚ ਸਹਾਇੀ ਹੋਵੀਂ ਦਾਤਾ ਹੌਸਲਾ ਤੇ ਸ਼ਕਤੀ ਦੇਈ ਇਹਨਾਂ ਮਾਸੂਮ ਗੁਰੂ ਪੁੱਤਰਾਂ ਨੂੰ ਤਾਂ ਕਿ ਕਸ਼ਟ ਦਾ ਸਾਹਮਣਾ ਦਲੇਰੀ ਨਾਲ ਕਰ ਸਕਣ ਤਾਂ ਉਹਨਾਂ ਨੇ ਬੱਚਿਆਂ ਨੂੰ ਭੇਜ ਦਿੱਤਾ ਤੇ ਕਚੈਰੀ ਵਿੱਚ ਫੇਰ ਦੁਆਰਾ ਬੜੇ ਲਾਲਚ ਦਿੱਤੇ ਗਏ ਤੇ ਉਹਨਾਂ ਨੂੰ ਆਖਿਆ ਭਲਾ ਬੱਚਿਓ ਜੇ ਮੈਂ ਤੁਹਾਨੂੰ ਛੱਡ ਦਵਾਂ ਆਜ਼ਾਦ ਕਰ ਦਵਾਂ ਆਪਣੀ ਕੈਦ ਤੋਂ ਤੁਸੀਂ ਕੀ ਕਰੋਗੇ ਤੇ ਕਿੱਥੇ ਜਾਓਗੇ ਤਾਂ ਬੱਚਿਆਂ ਨੇ ਬੜਾ ਹੀ ਸੋਹਣਾ ਜਵਾਬ ਦਿੱਤਾ ਤੇ ਕਿਹਾ ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠਿਆਂ ਕਰਕੇ ਆਪਣੇ ਪਿਤਾ ਜੀ ਵਾਂਗ ਜ਼ੁਲਮ ਦੇ ਖਾਤਮੇ ਲਈ ਲੜਾਂਗੇ ਜਦ ਤੱਕ ਸ਼ਹੀਦ ਨਹੀਂ ਹੋ ਜਾਂਦੇ ਉਦੋਂ ਤੱਕ ਲੜਦੇ ਰਹਾਂਗੇ ਤੁਸੀਂ ਚਾਹੇ ਜਿੰਨਾ ਵੀ ਜ਼ੁਲਮ ਕਰਨਾ ਚਾਹੋ ਕਰ ਲਵੋ ਸਾਨੂੰ ਧਰਮ ਤੋਂ ਨਹੀਂ ਡੁਲਾ ਸਕਦੇ ਤੱਕ ਕਚੈਰੀ ਵਿੱਚ ਬੈਠੇ ਸਾਰੇ ਬੜੇ ਹੈਰਾਨ ਹੋਏ ਤਾਂ ਅੰਤ ਵਜ਼ੀਰ ਖਾਨ ਨੇ ਉਹਨਾਂ ਨੂੰ ਮਾਰਨ ਦੀ ਸਜ਼ਾ ਦੇ ਦਿੱਤੀ ਮਾਸੂਮ ਬੱਚਿਆਂ ਨੂੰ ਦਿੱਤੀ ਗਈ ਸਜ਼ਾ ਦੀ ਪੂਰਤੀ ਲਈ ਕੋਈ ਵੀ ਅੱਗੇ ਨਾ ਆਇਆ ਪਰ ਦੋ ਗਿਲਜੀ ਪਠਾਨ ਜੋ ਕਿ ਦਿਲ ਦੀ ਕਰੜੀ ਕਰਕੇ ਮਸ਼ਹੂਰ ਸਨ ਉਹ ਅੱਗੇ ਆਏ ਤੇ ਉਹਨਾਂ ਨੇ ਦੀਵਾਰ ਚਿੰਨੀ ਸ਼ੁਰੂ ਕਰ ਦਿੱਤੀ ਬੱਚਿਆਂ ਨੇ ਆਪਣਾ ਧਿਆਨ ਗੁਰੂ ਚਰਨਾਂ ਨਾਲ ਜੋੜਿਆ ਤੇ ਬਾਣੀ ਪੜਦੇ-ਪੜਦੇ ਅਕਾਲ ਪੁਰਖ ਦੇ ਧਿਆਨ ਵਿੱਚ ਜੁੜ ਗਏ ਦੀਵਾਰ ਉੱਚੀ ਹੁੰਦੀ ਗਈ ਤੇ ਬੱਚੇ ਚੜ੍ਹਦੀ ਕਲਾ ਵਿੱਚ ਰਹੇ ਕੋਲ ਖਲੋਤਾ ਕਾਜ਼ੀ ਹੱਥ ਵਿੱਚ ਕੁਰਾਨ ਸ਼ਰੀਫ ਲੈ ਕੇ ਕਹਿ ਰਿਹਾ ਸੀ ਕਿ ਮੁਸਲਮਾਨ ਬਣ ਜਾਓ ਛੱਡ ਦਿੱਤੇ ਜਾਓਗੇ ਬੱਚੇ ਜੜੇ ਹੋਏ ਸਨ ਗੁਰੂ ਚਰਨਾ ਵਿੱਚ ਦੀਵਾਰ ਬਾਬਾ ਫਤਿਹ ਸਿੰਘ ਜੀ ਦੇ ਗਲੇ ਤੱਕ ਪਹੁੰਚ ਗਈ ਸਾਹਿਬਜ਼ਾਦਾ ਜੀ ਬੇਹੋਸ਼ ਹੋ ਗਏ ਤੇ ਦੀਵਾਰ ਡਿੱਗ ਪਈ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਅਗਲੇ ਦਿਨ ਜਲਾਦਾ ਨੇ ਗੋਡੇ ਥੱਲੇ ਦੇ ਕੇ ਦੋਹਾਂ ਨੂੰ ਚੋਰੇ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਲਾਰੇ ਸ਼ਹੀਦ ਦੀਪਾ ਗਏ ਪਰ ਦਲੇਰ ਬੱਚਿਆਂ ਨੂੰ ਹਕੂਮਤ ਦੁਆਰਾ ਦਿੱਤੇ ਡਰਾਵੇ ਤੇ ਲਾਲਚ ਧਰਮ ਤੋਂ ਡੇਗ ਨਾ ਸਕੇ ਮਾਤਾ ਗੁਜਰੀ ਜੀ ਨੂੰ ਵੀ ਠੰਡੇ ਬੁਰਜ ਤੋਂ ਡੇਕ ਕੇ ਸ਼ਹੀਦ ਕਰ ਦਿੱਤਾ ਗਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਜ ਵੀ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਦੇਖਣਾ ਸਿੱਖ ਬੱਚਿਓ ਧਰਮ ਦਾ ਸੌਦਾ ਨਾ ਕਰ ਬੈਣਾ ਸਿੱਖੀ ਅਮੋਲਕ ਵਸਤੂ ਹੈ ਦੁਨੀਆ ਦੇ ਵੱਡੇ ਤੋਂ ਵੱਡੇ ਲੋਭ ਲਾਲਚ ਸਿੱਖ ਬੱਚਿਆਂ ਨੂੰ ਧਰਮ ਪਰਵਰਤਨ ਲਈ ਪ੍ਰੇਰ ਨਹੀਂ ਸਕਦੇ ਜੇ ਕਦੇ ਸਿੱਖ ਬੱਚੇ ਗੁਰਬਾਣੀ ਤੇ ਆਪਣੇ ਸੁਨਹਿਰੀ ਇਤਿਹਾਸ ਤੋਂ ਵਾਕਿਫ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਚਰਨਾਂ ਵਾਲੇ ਬਣ ਚੁੱਕੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਅਕੀ ਗੁਰੂ ਜੀ ਕੀ ਫਤਿਹ